ਬਠਿੰਡਾ 'ਚ ਨਾਬਾਲਗ ਵਿਦਿਆਰਥਣ ਨਾਲ ਦਰਿੰਦਗੀ ਦਾ ਮਾਮਲਾ ਆਇਆ ਸਾਹਮਣੇ। ਘਰ ਦੇ ਅੰਦਰ ਵੜ ਕੇ ਗੁਆਂਢੀ ਨੌਜਵਾਨ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ। ਪਲ ਜਾਰੀ। ਮਲੇਰਕੋਟਲਾ ਦੇ ਧੂਰੀ 'ਚ ਨਹਿਰ 'ਚੋਂ ਮਿਲੀ 19 ਵਰਿਆਂ ਦੀ ਕੁੜੀ ਦੀ ਲਾਸ਼। ਰੇਪ ਤੋਂ ਬਾਅਦ ਖੁਦਕੁਸ਼ੀ ਕਿਤੇ ਜਾਣ ਦਾ ਸ਼ੱਕ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਕੀਤਾ ਦਰਜ। ਲੁਧਿਆਣਾ 'ਚ ਨਜਾਇਜ਼ ਹਥਿਆਰ ਵੇਚਣ ਵਾਲਾ ਗੈਂਗ। ਬੇਕਰੀ ਮਾਲਕ ਤੇ ਹੋਏ ਹਮਲੇ ਦੇ ਮੁਲਜ਼ਮ ਨੇ ਇਸੇ ਗੈਂਗ ਤੋਂ ਖਰੀਦੀ ਸੀ ਪਿਸਤੌਲ। ਯੂਪੀ ਦੇ ਕਟਿਹਾਰ ਤੋਂ ਲਿਆਂਦੇ ਸਨ ਨਜਾਇਜ਼ ਹਥਿਆਰ। ਲੁਧਿਆਣਾ ਦੇ ਬੇਗੋਵਾਲ ਤੋਂ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ। ਕਾਰ 'ਚੋਂ 240 ਪੇਟੀਆਂ ਅੰਗਰੇਜ਼ੀ ਤੇ 160 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ। ਕਾਬੂ ਕੀਤੇ ਗਏ ਮੁਲਜ਼ਮ ਤੇ ਸਸਤੀ ਸ਼ਰਾਬ ਖਰੀਦ ਕੇ ਪੰਜਾਬ 'ਚ ਮਹਿੰਗੀਆਂ ਕੀਮਤਾਂ ਤੇ ਵੇਚਣ ਦੇ ਇਲਜ਼ਾਮ। ਚੰਡੀਗੜ੍ਹ ਦੇ ਮਨੀ ਮਾਜਰਾ 'ਚ ਇੱਕ ਦੁਕਾਨ 'ਚ ਕੀਤੀ ਗਈ ਕੁੱਟਮਾਰ ਦਾ ਸੀਸੀਟੀਵੀ ਵੀਡੀਓ ਆਇਆ ਸਾਹਮਣੇ। ਗਾਹਕ ਤੇ 3 ਤੋਂ 4 ਲੋਕਾਂ ਨੇ ਕੀਤਾ ਸੀ ਹਮਲਾ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਪੰਚਕੂਲਾ 'ਚ 2 ਨੌਜਵਾਨਾਂ ਤੇ ਲੱਗੇ ਸਕੂਲੀ ਵਿਦਿਆਰਥੀ ਨੂੰ ਸਕੂਲ ਤੋਂ ਕਿਡਨੈਪ ਕਰਨ ਦੇ ਇਲਜ਼ਾਮ। ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਥਾਣੇ 'ਚ ਕਰਵਾਇਆ ਬੰਦ। ਵਿਦਿਆਰਥੀ ਤੇ ਪਾਲਤੂ ਡੌਗੀ ਚੋਰੀ ਕਰਨ ਦਾ ਸੀ ਸ਼ੱਕ। ਪੁਲਿਸ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿੱਚ। ਅੰਬਾਲਾ ਕੈਂਟ ਦੇ ਸਦਰ ਬਾਜ਼ਾਰ ਦੀਆਂ 4 ਦੁਕਾਨਾਂ 'ਚ ਇੱਕੋ ਰਾਤ ਵਿੱਚ ਚੋਰਾਂ ਨੇ ਕੀਤਾ ਹੱਥ ਸਾਫ। ਲੱਖਾਂ ਰੁਪਏ ਦਾ ਸਮਾਨ ਤੇ ਕੈਸ਼ ਚੋਰੀ। ਛੱਤ ਤੋਂ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਚੋਰ। 3 ਮਹੀਨਿਆਂ 'ਚ ਚੋਰੀ ਦੀ ਦੂਜੀ ਵੱਡੀ ਵਾਰਦਾਤ। ਯੂਪੀ ਦੇ ਬਾਗਪਤ ਤੋਂ ਦਿੱਲੀ ਪੁਲਿਸ ਦਾ ਕਾਂਸਟੇਬਲ ਅਗਵਾ। ਬਦਮਾਸ਼ਾਂ ਨੇ 20 ਲੱਖ ਦੀ ਮੰਗੀ ਫਿਰੌਤੀ। 2 ਦਿਨ ਦੀ ਛੁੱਟੀ ਤੇ ਆਪਣੇ ਪਿੰਡ ਗਿਆ ਸੀ ਰਵਿੰਦਰ ਕੁਮਾਰ। ਯੂਪੀ ਦੇ ਸੀਤਾਪੁਰ 'ਚ ਛੇੜਖਾਨੀ ਦੀ ਸ਼ਿਕਾਰ ਕੁੜੀ ਨੇ ਕਤਲ ਦੇ ਮਾਮਲੇ 'ਚ ਕਾਰਵਾਈ। ਚੌਕੀ ਚਾਰਜ ਨੂੰ ਸਸਪੈਂਡ ਕੀਤਾ ਗਿਆ। ਇੱਕ ਮੁਲਜ਼ਮ ਦੀ ਭਾਲ ਹੁਣ ਵੀ ਜਾਰੀ। ਯੂਪੀ 'ਚ ਮੇਰਠ 'ਚ ਮਹਿਲਾ ਆਗੂ ਦੀ ਗੁੰਡਾਗਰਦੀ। ਥਾਣੇ 'ਚ ਵੜ ਕੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਦਾ ਇਲਜ਼ਾਮ। ਸਬ ਇੰਸਪੈਕਟਰ ਦੀ ਟੁੱਟੀ ਲੱਤ।